ਨਾਲ ਰਹਿਣਗੇ। ਸਾਥੀਓ, ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਹਾਂ, ਔਰ ਇਹਦਾ ਤਾਲੁਕ ਸਿਰਫ ਪੰਜਾਬ ਨਾਲ ਨਹੀਂ ਹੈ, ਇਹ ਮੁਲਕ ਦੀ ਪੋਲੀਟਿਕਸ ਨਾਲ ਵੀ ਸੰਬੰਧ ਰੱਖਦਾ ਹੈ। ਜਿਸ ਭਾਰਤੀ ਜਨਤਾ ਪਾਰਟੀ ਨੇ, ਜਿਸ ਮੋਦੀ ਸਾਹਿਬ ਦੀ ਤਾਨਾਸ਼ਾਹੀ ਵਾਲੀ ਸਰਕਾਰ ਨੇ CBI ਔਰ ED ਦਾ ਮਿਸਯੂਜ਼ ਕਰਦੇ ਹੋਏ ਨਾ ਸਿਰਫ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਨਾ ਸਿਰਫ ਅਰਵਿੰਦ ਕੇਜਰੀਵਾਲ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਬਲਕਿ 100 ਰੋੜੇ ਉਸ ਰਸਤੇ 'ਚ ਪਾਏ ਜਿਹੜੀ ਇੱਕ ਇਮਾਨਦਾਰੀ ਵਾਲੀ ਰਾਜਨੀਤੀ ਦੀ ਸ਼ੁਰੂਆਤ ਦੇਸ਼ 'ਚ ਹੋਈ ਸੀ। ਲੇਕਿਨ ਇਸ ਦੇ ਬਾਵਜੂਦ ਵੀ ਉਸੇ ਹੀ CBI ਔਰ ED ਨੇ, ਸਭ ਤੋਂ ਇੰਪੋਰਟੈਂਟ ਗੱਲ ਮੈਂ ਤੁਹਾਡੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੇ ਰਾਹੀਂ ਪੰਜਾਬੀਆਂ ਨੂੰ, ਉਸੇ ਹੀ CBI ਔਰ ED ਨੇ ਆਪ ਹੀ ਇਹ ਮੰਨ ਲਿਆ, ਇਹ ਸਾਬਿਤ ਕਰਤਾ ਕਿ ਅੱਜ ਵੀ ਦੇਸ਼ 'ਚ ਅਗਰ ਸਭ ਤੋਂ ਇਮਾਨਦਾਰ, ਸਭ ਤੋਂ ਜ਼ਿੰਮੇਵਾਰ, ਸਭ ਤੋਂ ਲੋਕਪ੍ਰਿਯ ਅਗਰ ਪੋਲੀਟਿਕਸ ਹੈਗੀ ਹੈ ਜਿਹੜੀ ਲੋਕਾਂ ਵਾਸਤੇ ਦਿਨ ਰਾਤ ਕੰਮ ਕਰਦੀ, ਉਹ ਅਰਵਿੰਦ ਕੇਜਰੀਵਾਲ ਜੀ ਦੀ ਹੈ, ਜਿਹੜੀ CBI ਔਰ ED ਦੇ ਰਾਹੀਂ ਭਾਰਤੀ ਜਨਤਾ ਪਾਰਟੀ ਨੇ, ਇਹ ਜਿਹੜਾ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਰੱਥ ਪੂਰੇ ਦੇਸ਼ 'ਚ ਵੱਧ ਰਿਹਾ ਸੀ, ਉਹਦੇ ਖਿਲਾਫ ਪਿਛਲੇ 1 ਸਾਲ ਤੋਂ ਇੱਕ ਝੂਠਾ ਸ਼ਰਾਬ ਦਾ ਘਪਲਾ ਜਿਹੜਾ ਸਕੈਮ, ਉਹਦੇ ਰਾਹੀਂ 1 ਸਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਨਾ ਸਿਰਫ ਉਹਨਾਂ ਦੇ ਸਪੋਕਸ ਪਰਸਨਸ ਨੇ ਐਵਰੀਡੇ, ਉਹਨਾਂ ਦੇ ਲੀਡਰ ਸਾਹਿਬਾਨਾਂ ਨੇ, ਬਲਕਿ ਮੀਡੀਆ ਦਾ ਵੀ ਇੱਕ ਹਿੱਸਾ ਜਿਹੜਾ ਨੈਸ਼ਨਲ ਮੀਡੀਆ ਦਾ, ਉਹ ਲਗਾਤਾਰ ਇੱਕ ਝੂਠਾ ਸ਼ਰਾਬ ਘੁਟਾਲਾ ਜਿਹੜਾ ਹੋਇਆ ਹੀ ਨਹੀਂ ਆਮ ਆਦਮੀ ਪਾਰਟੀ ਵੱਲੋਂ, ਉਹਨੂੰ ਲੈ ਕੇ ਲਗਾਤਾਰ 1 ਸਾਲ ਤੋਂ ਸਾਡੇ 'ਤੇ ਅਟੈਕ ਕਰ ਰਹੇ ਸੀ, ਸਾਨੂੰ ਬਦਨਾਮ ਕਰ ਰਹੇ ਸੀ। CBI ਔਰ ED ਨੇ ਤਕਰੀਬਨ 1 ਸਾਲ ਪਹਿਲਾਂ ਰਾਜੇਸ਼ ਜੋਸ਼ੀ ਔਰ ਮਨੀਸ਼ ਮਲਹੋਤਰਾ, ਦੋ ਇੱਕ ਐਸੇ ਸ਼ਖਸ ਜਿਨ੍ਹਾਂ ਨੂੰ ਇਹ ਕਹਿ ਕੇ ਕਿ 100 ਕਰੋੜ ਰੁਪਏ ਦੀ ਹੇਰਾਫੇਰੀ ਸ਼ਰਾਬ ਦੇ ਸਕੈਮ 'ਚ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਿਸ਼ਵਤ ਦੇ ਕੇ ਆਮ ਆਦਮੀ ਪਾਰਟੀ ਨੂੰ ਫਾਇਦਾ ਪਹੁੰਚਾਇਆ, ਉਸ ਕੇਸ ਵਿੱਚ ਜਿਹਦੇ 'ਚ ਮਾਣਯੋਗ ਅਦਾਲਤ ਨੇ ਪਿਛਲੇ ਦਿਨਾਂ 'ਚ 6 ਮਈ ਨੂੰ ਇੱਕ ਆਰਡਰ ਪਾਸ ਕੀਤਾ ਹੈ, ਉਸ ਆਰਡਰ ਦੇ ਰਾਹੀਂ ਉਹਨਾਂ ਨੇ ਕਿਹਾ 100 ਕਰੋੜ ਨਹੀਂ, ਫਿਰ ਉਹਨਾਂ ਨੇ ਕਿਹਾ ਨਹੀਂ 30 ਕਰੋੜ ਦਾ ਹੋਇਆ। ਅਲਟੀਮੇਟਲੀ ਮਾਣਯੋਗ ਅਦਾਲਤ 'ਚ, ਦਿੱਲੀ ਦੀ ਇੱਕ ਮਾਣਯੋਗ ਅਦਾਲਤ 'ਚ CBI ਔਰ ED ਨੇ ਮੰਨਿਆ ਕਿ ਗੋਵਾ ਦੇ ਇਲੈਕਸ਼ਨ 'ਚ ਜਿਹੜੇ 100 ਕਰੋੜ ਰੁਪਏ ਦੀ ਰਿਸ਼ਵਤ ਦਾ ਆਮ ਆਦਮੀ ਪਾਰਟੀ 'ਤੇ ਐਲੀਗੇਸ਼ਨ ਲੱਗ ਰਹੇ ਸੀ, ਉਹ ਸਿਰਫ 18-19 ਲੱਖ ਰੁਪਏ ਦਾ ਖਰਚਾ ਸਾਬਿਤ ਹੋ ਕੇ ਨਿਕਲਿਆ। ਪਹਿਲਾਂ ਕਹਿੰਦੇ ਸੀ 100 ਕਰੋੜ ਰੁਪਏ ਦੀ ਰਿਸ਼ਵਤ ਲਈ ਇਹਨਾਂ ਨੇ ਸ਼ਰਾਬ ਸਕੈਮ ਕੀਤਾ, ਸਾਡੇ ਕਈ ਲੀਡਰ ਸਾਹਿਬਾਨਾਂ 'ਤੇ ਕਾਰਵਾਈ ਵੀ ਕੀਤੀ, ਲੇਕਿਨ ਜਦੋਂ ਫੈਕਟ, ਜਦੋਂ ਕੋਈ ਐਵੀਡੈਂਸ ਨਹੀਂ ਆਇਆ, ਜਦੋਂ ਕੋਈ ਸਬੂਤ ਨਹੀਂ ਹੋਇਆ, ਔਰ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ 5 ਐਸੇ ਲੋਕਾਂ ਨੂੰ, ਇਨੋਸੈਂਟ ਲੋਕਾਂ ਨੂੰ ਝੂਠਾ ਗਵਾਹ ਬਣਾ ਕੇ ਟੌਰਚਰ ਵੀ ਕੀਤਾ ਗਿਆ, ਉਹਨਾਂ ਦੇ ਕਈ ਤਰ੍ਹਾਂ ਦੀਆਂ ਸੱਟਾਂ ਵੀ ਮਾਰੀਆਂ ਗਈਆਂ, ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਦਾ ਨਾਂ ਵੀ ਝੂਠਾ ਇਸ ਸਕੈਮ 'ਚ ਪਹਿਲਾਂ ਇਨਵੋਲਵ ਕਰ ਲਿਆ ਚਾਰਜਸ਼ੀਟ, ਬਾਅਦ 'ਚ CBI ਔਰ ED ਨੇ ਮਾਫ਼ੀ ਮੰਗੀ ਕਿ ਨਹੀਂ ਸਾਡੇ ਕੋਲ ਗਲਤੀ ਨਾਲ ਇਹ ਨਾਮ ਵੇਖਿਆ ਗਿਆ ਸੀ। ਯਾਨੀ ਕਿ ਜਿਹੜੀ CBI ਔਰ ED ਅਰਵਿੰਦ ਕੇਜਰੀਵਾਲ ਜੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਭਾਜਪਾ ਦੇ ਇਸ਼ਾਰੇ 'ਤੇ, PMO ਦੇ ਇਸ਼ਾਰੇ 'ਤੇ ਕੰਮ ਕਰ ਰਹੀ ਸੀ, ਉਹੀ ਕੋਰਟ 'ਚ ਆ ਕੇ ਕਹਿੰਦੀ ਆ ਨਹੀਂ ਜੀ, ਗੋਵਾ ਦੇ ਸਾਰੇ ਵੈਂਡਰ, ਤਕਰੀਬਨ 20 ਤੋਂ ਵੱਧ ਵੈਂਡਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਕੋਈ ਪ੍ਰਚਾਰ ਪ੍ਰਸਾਰ ਦੀ ਸਮੱਗਰੀ ਬਣਾਈ, ਕੋਈ ਪੋਸਟਰ ਬੈਨਰ, ਕੋਈ ਹੋਰਡਿੰਗ ਦਾ ਕੰਮ ਕੀਤਾ, ਉਹਨਾਂ ਨੂੰ ਟੌਰਚਰ ਕੀਤਾ, ਅਤੇ ਅਲਟੀਮੇਟਲੀ ਨਿਕਲਿਆ ਕਿ ਤਕਰੀਬਨ 19 ਲੱਖ ਰੁਪਏ ਦੇ ਇਲੈਕਸ਼ਨ 'ਚ ਦੇ ਬਿੱਲ। ਯਾਨੀ ਕਿ ਇੱਕ ਸਟੇਟ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਨੇ ਸਿਰਫ 19 ਲੱਖ ਰੁਪਇਆ ਖਰਚ ਕੀਤਾ, ਇਹ CBI ਔਰ ED ਨੇ ਮਾਣਯੋਗ ਅਦਾਲਤ 'ਚ ਕਿਹਾ ਹੈ, ਔਨ ਰਿਕਾਰਡ ਕਿਹਾ ਹੈ। ਜਿਹੜਾ 100 ਕਰੋੜ ਸੀ ਉਹ ਵੀ ਝੂਠਾ ਨਿਕਲਿਆ, ਫਿਰ 30 ਕਰੋੜ ਕਹਿੰਦੇ ਸਾਊਥ 'ਚੋਂ ਆਇਆ, ਸਾਊਥ ਤੋਂ ਇੱਕ ਪੈਸਾ ਲੈ ਕੇ ਦਿੱਲੀ 'ਚ ਲਿਆਂਦਾ ਗਿਆ ਸ਼ਰਾਬ, ਕਥਿਤ ਸ਼ਰਾਬ ਘੁਟਾਲੇ ਦੇ ਨਾਂ 'ਤੇ, ਉਹਦੇ ਲਈ ਵੀ ਕੋਈ ਐਵੀਡੈਂਸ ਨਹੀਂ।
फिर साढ़े सीनियर लीडर साहबाना का झूठा ना पाया गया चार्जशीट, फिर उसते सीबीआई और ईडी ने माफी मंगी। और यह पहली बार होया कि किसे लीडर को, आम आदमी पार्टी के लीडर को सीबीआई और ईडी ने ऑन रिकॉर्ड माफी मंगी है कि गलती ना तुहाडा ना पै गया। फिर पांच तो वध बंदियां नूं इंटरोगेट करके तसद्दद दे के झूठा एविडेंस खड़ा किया गया, जिहड़ा वह भी कुछ भी साबित नहीं कर सके। टॉर्चर किया उन्हां लोकां नूं, सट्टा मारियां गईयां, असॉल्ट किया। और फिर गोवा दे इलैक्शन च जिहड़ा कहिंदे 100 करोड़ रुपया अरविंद केजरीवाल जी और आम आदमी पार्टी ने खर्च किया शराब स्कैम चों, वह ऑन रिकॉर्ड मन रहे आखे जी 19 लाख रुपए के करीब साढ़े कोई एविडेंस। यानी कि यह साबित हो गया कि अज देश की पॉलिटिक्स, देश की राजनीति सब तो ईमानदार तरीके, कट्टर ईमानदार तरीके जिहड़ा आम आदमी पार्टी का एक सिद्धांत है उसके ते अगे वध रही है, वह अरविंद केजरीवाल जी की राजनीति वध रही है। और इसका सबूत ईडी और सीबीआई जी सानू बदनाम करने वास्ते 24 घंटे प्राइम मिनिस्टर ऑफिस तो डायरेक्टिव होंदी है, डायरेक्टेड होंदी है, लगातार उन्होंने डायरेक्शन दित्तियां जांदियां। उन्हें ही मानयोग अदालत कहता कि साढ़े कोई एविडेंस नहीं। सो आप जी दे राही पंजाबियों नूं मैं दसना चाहुंदा है कि प्रधानमंत्री मोदी जी दे ऑफिस की साजिश, भाजपा की साजिश, एक बार फिर ईमानदार पॉलिटिक्स, अरविंद केजरीवाल जी की पॉलिटिक्स, आम आदमी पार्टी की पॉलिटिक्स के खिलाफ विफल साबित हुई है। और यह ऑन रिकॉर्ड साबित हुई है। इस तो वध सबूत वड्डा की हो सकता है? मसला तो यह है कि एक पासे रोजाना देश के वड्डे वड्डे इंस्टीट्यूशंस का जिस तरीके ना कारपोरेट सैक्टर के हवाले किया जा रहा है, मोदी अडानी गेट नूं ढकिया जा रहा है, जिस तरीके नाल कारपोरेट सैक्टर के लखां लखां करोड़ों के करजे राइट ऑफ कर रही है मोदी साहब की सरकार, उस तो ध्यान हटाने लिए उसके खिलाफ अगर किसी ने आवाज बुलंद की सी अरविंद केजरीवाल जी ने की, परिवारवाद की राजनीति के खिलाफ आवाज बुलंद की अरविंद केजरीवाल जी ने की, तानाशाही के खिलाफ आवाज बुलंद की अरविंद केजरीवाल जी ने की। इस करके इन्हों डर सता रहा सी। और वार वार देश की सरकार, मोदी जी की अगुवाई वाली सरकार, एजेंसियों का मिसयूज करके साडे लीडर साहबाना के खिलाफ जी है यह झूठी कार्रवाई कर रही थी, पर्दाफाश होया। और वो कहिंदे सियाणे रब दे घर देर है अंधेर नहीं है, आने वाले दिनों च भी इन्हां दे जिहड़े साजिशां है वह भी इसे तरीके नाल बेनकाब होणगियां। सच्चाई देश दे लोग जाणदे आ, इन्हां दीआं जिहड़ियां साजिशां है वह कानूनी तौर पर बेवफल होंदियां दिखणगियां।